ਇਹ ਬਾਈ ਫੋੜ ਥੋੜ੍ਹਾ ਜਿਹਾ ਅੱਗੇ ਨੂੰ ਲੈ ਗਿਆ ਸੀ ਮੈਂ 8-11 ਨੂੰ ਖਿੱਚ ਕੇ। ਇਹ ਬਾਈ ਹੋਲੈਂਡ ਪੂਰੀ ਜਾਨ ਲਾ ਰਿਹਾ, ਉੱਧਰੋਂ ਮੇਸੀ ਵੀ ਨਹੀਂ ਦੱਬਦਾ, ਅਤੇ ਬਾਈ ਦੋਨਾਂ ਦੇ ਬੜੇ ਬੜੇ ਅਤੇ ਬਾਈ ਲੈ ਗਈ। ਅਤੇ ਹੁਣ ਬਾਈ ਅਗਲਾ ਰਹਿ ਜਾ ਅਤੇ ਸਕੋਰਪੀਓ ਦਾ ਪੂਰੀ ਵੈਲਕਮ ਬੈਕ ਟੂ ਦ ਚੈਨਲ ਗਾਈਜ਼। ਹੋਪ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਘਰ ਬੈਠਾ ਮਾਈਕਲ ਆਪਣਾ ਯੂਟਿਊਬ ਦੇਖੀ ਜਾ ਰਿਹਾ ਸੀ, ਅਤੇ ਮੈਂ ਸੋਚਿਆ ਥੋੜ੍ਹਾ ਜਿਹਾ ਇਹਨੂੰ ਬਾਹਰ ਘੁੰਮਾ ਲਿਆਈਏ। ਅਤੇ ਬਾਈ ਬਾਹਰ ਘੁੰਮਣ ਵਾਸਤੇ ਥੋੜ੍ਹੀ ਸ਼ਕਤੀ ਵਾਸਤੇ ਆਪਾਂ ਥੋੜ੍ਹਾ ਜਿਹਾ ਸ਼ਕਤੀ ਵਾਟਰ ਪੀ ਲਈਏ, ਕਿਉਂਕਿ ਬਾਈ ਸਿਹਤ ਲਈ ਕਰੇਲੇ ਦਾ ਜੂਸ ਬਹੁਤ ਹੀ ਵਧੀਆ ਹੁੰਦਾ। ਅਤੇ ਬਾਈ ਘਰਦਿਆਂ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ, ਉਹਨਾਂ ਨੂੰ ਵੀ ਮਾੜਾ ਜਿਹਾ ਘੁੰਮਾ ਲੈਂਦੇ ਹਾਂ। ਅਤੇ ਇੱਧਰ ਹੀ ਬੈਠੇ ਹੁਣ ਟੀ ਵੀ ਦੇਖੀ ਜਾਂਦੇ, ਵਿਹਲਿਆਂ ਨੂੰ ਕੋਈ ਕੰਮ ਨਹੀਂ ਹੈਗਾ। ਅਤੇ ਬਾਈ ਇੱਧਰ ਦਾ ਕਿਤੇ ਦਿਖ ਨਹੀਂ ਰਹੇ, ਚਲੋ ਛੱਡੋ ਉਹ ਤਾਂ ਘੁੰਮੀ ਜਾਣਗੇ, ਆਪਾਂ ਆਪਣਾ ਦੇਖਦੇ ਹਾਂ, ਗੱਡੀ ਚੱਕਦੇ ਹਾਂ ਅਤੇ ਘੁੰਮਣ ਚੱਲਦੇ ਹਾਂ। ਬਾਈ ਬਾਹਰ ਮੈਨੂੰ ਮੌਸਮ ਠੀਕ ਨਹੀਂ ਲੱਗ ਰਿਹਾ, ਚਲੋ ਦੇਖ ਕੇ ਦੇ ਹਾਂ, ਬਾਹਰ ਨਿਕਲ ਕੇ ਫਿਰ ਪਤਾ ਲੱਗੂਗਾ। ਲਓ ਬਾਈ ਲਓ, ਬਾਹਰ ਤਾਂ ਮੀਂਹ ਪੈ ਰਿਹਾ, ਅਤੇ ਜਿੰਮੀ ਆਪਣਾ ਪਤੰਦਰ ਗੱਡੀ ਬਾਹਰ ਲਾ ਗਿਆ, ਅਤੇ ਹੁਣ ਬਾਹਰ ਜਾ ਕੇ ਗੱਡੀ ਚੱਕਣੀ ਪੈਣੀ। ਬਾਈ ਕੀ ਫਾਇਦਾ ਹੋਇਆ ਐਡੀ ਮਹਿੰਗੀ ਗੱਡੀ ਦਾ, ਜੇ ਗਿੱਲੇ ਹੀ ਹੋਣਾ। ਓਡੀ ਰੱਖੀ ਵੀ ਆ ਪਰ ਸੂਟ ਗਿੱਲਾ ਹੋ ਗਿਆ। ਚਲੋ ਕੋਈ ਨਾ, ਫਟਾਫਟ ਗੱਡੀ 'ਚ ਬੈਠੀਏ ਅਤੇ ਕੋਈ ਰੈਸਟੋਰੈਂਟ ਵਗੈਰਾ ਦੇਖਦੇ ਹਾਂ। ਇੱਧਰ ਸਾਈਡ 'ਤੇ ਲਾ ਕੇ ਨਾ ਫੋਨ 'ਚ ਕੋਈ ਰੈਸਟੋਰੈਂਟ ਵਗੈਰਾ ਦੀ ਲੋਕੇਸ਼ਨ ਕੱਢਦਾ ਮੈਂ। ਅਤੇ ਬਾਈ ਰੈਸਟੋਰੈਂਟ ਛੋਲੇ ਕੁਲਚੇ ਖਾਣ ਤੋਂ ਬਾਅਦ ਮੈਂ ਇੱਧਰ ਬੈਂਕ ਦੇ ਡਿਟੇਲ ਜੀ ਚੈੱਕ ਕਰਨ ਆ ਗਿਆ, ਅਤੇ ਉੱਧਰੋਂ ਆਪਣੇ ਫਰੈਂਕਲਿਨ ਦਾ ਫੋਨ ਆ ਗਿਆ। ਅਤੇ ਬਾਈ ਫਰੈਂਕਲਿਨ ਮੈਨੂੰ ਫੋਨ ਕਰਕੇ ਕਹਿੰਦਾ ਕਿ ਆਪਣੇ ਟਰੈਕਟਰ ਟਰੂਟਰ ਜਿਹੇ ਤਿਆਰ ਕਰ ਲਓ, ਕਿਉਂਕਿ ਬਾਈ ਆਪਾਂ ਜਾਣਾ ਟੋਚਨ ਮੁਕਾਬਲੇ 'ਤੇ, ਅਤੇ ਆਪਾਂ ਟਰੈਕਟਰ ਚੱਕੀਏ ਇੱਧਰੋਂ। ਅਤੇ ਲਓ ਬਾਈ ਗੱਡੀ ਆਪਾਂ ਇੱਧਰ ਲਾਉਂਦੇ ਹਾਂ, ਆਪਣੀ ਟਰੈਕਟਰ ਗੱਡੀਆਂ ਜਿਹੜੀਆਂ ਇੱਧਰ ਹੀ ਖੜੀਆਂ ਬੈਨੀ ਕੋਲ, ਅਤੇ ਇਹਨਾਂ ਨੂੰ ਚੱਕਦੇ ਹਾਂ। ਅਤੇ ਆਹ ਗੱਡੀ ਹੁਣ ਮੈਂ ਜਿੰਮੀ ਨੂੰ ਫੋਨ ਕਰਦਾ, ਜਿੰਮੀ ਲੈ ਜੂਗਾ ਔਰ ਉਹ ਗੱਡੀ। ਜਿੰਮੀ ਦਾ ਨੰਬਰ ਕੱਢਦਾ ਇੱਕ ਮਿੰਟ, ਮੈਂ ਜਿੰਮੀ 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 ਆ ਰਿਹਾ, ਜਿੰਮੀ ਇਹਨੂੰ ਫੋਨ ਕਰਦਾ। ਅਤੇ ਲਓ ਬਾਈ ਜਿੰਮੀ ਆ ਕੇ ਗੱਡੀ ਤਾਂ ਲੈ ਗਿਆ, ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਆਪਣੇ ਟਰੈਕਟਰ ਅਤੇ ਹੋਰ ਇੰਡੀਅਨ ਗੱਡੀਆਂ। ਅਤੇ ਆਹ ਦੇਖੋ ਬਾਈ ਮੂਹਰੇ ਆਪਣਾ ਖੜ੍ਹਾ 911, ਅਤੇ ਉਹਦੇ ਨਾਲ ਖੜ੍ਹਾ ਬਾਈ ਆਪਣਾ ਬੁਲਟ ਕਾਲੇ ਰੰਗ ਦਾ, ਅਤੇ ਚਿੱਟੀ ਫੋਰਚੂਨਰ, ਫਿਰ ਆਪਣਾ ਬੜੇ ਟਾਇਰਾਂ ਵਾਲਾ ਹੋਲੈਂਡ ਖੜ੍ਹਾ, ਅਤੇ ਉਸ ਤੋਂ ਬਾਅਦ ਸਕੋਰਪੀਓ, ਅਤੇ ਬਾਈ ਸਭ ਤੋਂ ਘੈਂਟ ਲੰਡੀ ਜੀਪ। ਅਤੇ ਬਾਈ ਹੁਣ ਇਹਨਾਂ ਸਾਰਿਆਂ ਨੂੰ ਇਕੱਲਾ ਤਾਂ ਮੈਂ ਲੈ ਕੇ ਨਹੀਂ ਜਾ ਸਕਦਾ, ਤਾਂ ਮੈਂ ਬੈਨੀ ਨੂੰ ਪੁੱਛਦਾ, ਇਹਦੇ ਬੰਦੇ ਨੂੰ ਪੁੱਛਦਾ ਵੀ ਜੇ ਇਹ ਆ ਸਕਦੇ ਆ ਮੇਰੇ ਨਾਲ ਉੱਥੇ ਛਡਾਉਣ ਵਾਸਤੇ। ਅਤੇ ਆਹ ਦੇਖੋ ਗੱਡੀ, ਚਲੋ ਇਹਨੂੰ ਛੱਡੋ, ਹੁਣ ਮੈਂ ਅੰਦਰ ਜਾ ਕੇ ਪੁੱਛਦਾ। ਅਤੇ ਲਓ ਬਾਈ ਬੈਨੀ ਨਾਲ ਮੈਂ ਕਰ ਲਈ ਗੱਲ, ਉਹ ਕਹਿੰਦਾ ਕੋਈ ਨਾ ਉਸਤਾਦ ਮੈਂ ਥੋੜ੍ਹੇ ਟਾਈਮ 'ਚ ਬੰਦੇ ਭੇਜਦਾ, ਉਹ ਮਾੜਾ ਜਿਹਾ ਕਿਸੇ ਗੱਡੀ ਨੂੰ ਮੋਡੀਫਾਈ ਕਰਨ 'ਚ ਲੱਗੇ ਹੋਏ ਆ, ਅਤੇ ਚਲੋ ਆਪਾਂ ਚੱਲਦੇ ਹਾਂ, ਇਹ ਆ ਜਾਣਗੇ। ਅਤੇ ਪਹਿਲਾਂ ਜਾਈਏ ਆਪਾਂ ਉੱਥੇ, ਦੇਖੀਏ ਕੀ ਇੰਤਜ਼ਾਮ ਆ, ਟਿਕਟ ਟੁਕਟ ਕਟਾਈਏ, ਕਿਉਂਕਿ ਇਸ ਵਾਰ ਬਾਈ ਕੋਈ ਬੜੀ ਕੰਪਨੀ ਸਪੋਂਸਰ ਕਰ ਰਹੀ ਹੈ ਟੋਚਨ ਮੁਕਾਬਲੇ ਨੂੰ, ਅਤੇ ਫਿਰ ਅਰੇਂਜਮੈਂਟ ਵਗੈਰਾ ਵੀ ਵਧੀਆ ਹੋਊਗੀ ਇਸ ਵਾਰ ਪਹਿਲਾਂ ਨਾਲੋਂ। ਅਤੇ ਹੁਣ ਫਟਾਫਟ ਚੱਲਦੇ ਹਾਂ ਆਪਾਂ ਆਪਣੀ ਜੀਪ ਨੂੰ ਭਜਾਈਏ। ਅਤੇ ਬਾਈ ਜੀਪ ਨਹੀਂ ਇਹ, 4x4 ਥਾਰ ਆ, ਅਤੇ ਨੰਬਰ ਪਲੇਟ ਚੈੱਕ ਕਰੋ ਤੁਸੀਂ। ਅਤੇ ਬਾਈ ਮਾੜੀ ਜਿਹੀ ਗੱਡੀ ਠੁੱਗੀ ਸੀ ਨਾਲ, ਅਤੇ ਪਤੰਦਰ ਦੇ ਨੇ ਪੰਗਾ ਲੈ ਲਿਆ ਆਪਣੇ ਨਾਲ, ਅਤੇ ਮਾਈਕਲ ਸਿੱਟ ਮੁੱਕਾ ਪਿਛਲੇ ਪਾਸੇ ਸਿੱਟ ਯਾਰ, ਆਹ ਚੱਕ, ਸਾਡੇ ਨਾਲ ਨਹੀਂ ਪੰਗੇ ਲੈਣੇ ਪੁੱਤ, ਇੱਕ ਹੋਰ ਛੱਡ ਮਾਈਕਲ। ਬਾਈ ਸਾਡੀ ਤਾਂ ਕੋਈ ਗਲਤੀ ਵੀ ਨਹੀਂ ਸੀਗੀ, ਆਪ ਲਿਆ ਕੇ ਇਹਨੇ ਮੂਹਰੋਂ ਗੱਡੀ ਠੋਕੀ ਆ, ਅਤੇ ਫਿਰ ਬਾਅਦ 'ਚੋਂ ਜ਼ਿਆਦਾ ਬਣ ਰਿਹਾ। ਚਲੋ ਕੋਈ ਨਾ, ਆਪਾਂ ਗੱਡੀ ਲੈ ਕੇ ਚੱਲਦੇ ਹਾਂ ਹੁਣ ਅੱਗੇ ਨੂੰ, ਅਤੇ ਇੱਧਰ ਸਾਈਡ ਜੀ 'ਚ ਨੂੰ ਕੱਢ ਲਈਏ, ਅਤੇ ਹੁਣ ਚੱਲਦੇ ਹਾਂ। ਉੱਪਰੋਂ ਬਾਈ ਮੀਂਹ ਵੀ ਪਿਆ ਹੋਇਆ, ਥੋੜ੍ਹੀ ਜਿਹੀ ਗੱਡੀ ਆਪਣੀ ਵੀ ਧਿਲਸ ਰਹੀ ਆ, ਅਤੇ ਹੁਣ ਫਟਾਫਟ ਭਜਾਈਏ ਗੱਡੀ ਨੂੰ। ਅਤੇ ਬਾਈ ਅੰਦਰੋਂ ਤੁਸੀਂ ਇੰਟੀਰੀਅਰ ਚੈੱਕ ਕਰੋ, ਥਾਰ ਦਾ ਪੂਰੀ ਐਨ ਘੈਂਟ ਲੱਗਦੀ ਆ, ਅਤੇ ਮੀਂਹ ਕਰਕੇ ਥੋੜ੍ਹੀ ਜਿਹੀ ਸਲਿੱਪ ਮਾਰਦੀ ਆ, ਅਤੇ ਗੰਦੀ ਵੀ ਹੋਊਗੀ ਬਾਈ, ਕਿਉਂਕਿ ਸਾਈਡਾਂ 'ਤੇ ਸੜਕ ਦੇ ਗਰ ਹੈ। ਅਤੇ ਬਾਈ ਕਾਫੀ ਅੱਗੇ ਆ ਗਏ ਆਪਾਂ, ਪਰ ਆਪਾਂ ਨੂੰ ਹਲੇ ਕੁਛ ਦਿਖਿਆ ਨਹੀਂ ਹੈਗਾ, ਅਰੇਂਜਮੈਂਟ ਵਗੈਰਾ ਜਿਹੜੀ ਉਹਨਾਂ ਨੇ ਕੀਤੀ ਆ। ਮੈਂ ਸਾਈਡ 'ਤੇ ਲਾ ਕੇ ਨਾ ਇੱਕ ਵਾਰ ਫਰੈਂਕਲਿਨ ਨੂੰ ਫੋਨ ਕਰਦਾ, ਉਹਨੂੰ ਪੁੱਛਦਾ ਵੀ ਕਿੱਥੇ ਗਾ, ਕਿਉਂਕਿ ਆਪਾਂ ਨੂੰ ਤਾਂ ਕੁਛ ਦਿਖ ਨਹੀਂ ਰਿਹਾ ਹਲੇ, ਆਪਾਂ ਕਾਫੀ ਅੱਗੇ ਆ ਗਏ, ਅਤੇ ਫਰੈਂਕਲਿਨ ਨੂੰ ਫੋਨ ਕਰਦਾ। ਲਓ ਬਾਈ ਆਪਾਂ ਫਰੈਂਕਲਿਨ ਨੂੰ ਫੋਨ ਕਰਕੇ ਪੁੱਛ ਲਿਆ, ਅਤੇ ਉਹ ਕਹਿੰਦਾ ਆਹੀ ਰੋਡ 'ਤੇ ਆ ਮਾੜਾ ਜਿਹਾ, ਤੁਸੀਂ ਅੱਗੇ ਜਾ ਕੇ ਦੇਖੋ। ਅਤੇ ਬਾਈ ਉਹ ਕਹਿੰਦਾ ਲਾਲ ਜਿਹੇ ਟਿਊਬ ਫੜ ਕੇ ਖੜ੍ਹਾ ਹੋਊਗਾ ਕੋਈ ਬੰਦਾ ਪਾਰਕਿੰਗ ਵਾਲਾ, ਅਤੇ ਉੱਧਰ ਨੂੰ ਜਾਣਾ ਆਪਾਂ। ਅਤੇ ਬਾਈ ਮੈਨੂੰ ਤਾਂ ਆਹੀ ਲੱਗਦਾ, ਆਹੋ ਆਹੀ ਆ ਬਾਈ, ਉਹ ਦੇਖੋ ਲਾਲ ਜਿਹੀ ਟਿਊਬ ਇਹਦੇ ਹੱਥ 'ਚ।
ਤੇ ਪਾਰਕਿੰਗ ਵਾਲਾ ਲੱਗਦਾ ਮੈਨੂੰ। ਤੇ ਆਹ ਦੇਖੋ ਕਿੰਨੀਆਂ ਲਗਜ਼ਰੀ ਲਗਜ਼ਰੀ ਗੱਡੀਆਂ ਜੀ ਆ ਰੱਖੀਆਂ। ਤੇ ਬਾਈ ਪਾਰਕਿੰਗ ਆਪਾਂ ਇੱਧਰ ਸਾਈਡ 'ਤੇ ਲਾ ਦਿੰਦੇ ਹਾਂ ਅਤੇ ਟਿਕਟ ਵਗੈਰਾ ਕਟਾਈਏ ਉਰੇ। ਅਤੇ ਬਾਈ ਪਹਿਲਾ ਟੋਚਨ ਮੁਕਾਬਲਾ ਆਪਾਂ ਸ਼ੁਰੂ ਕਰਦੇ ਹਾਂ ਫੋਰਚੂਨਰ ਅਤੇ ਸਫਾਰੀ ਦਾ। ਅਤੇ ਬਾਈ ਦੋਹੋ ਗੱਡੀਆਂ ਦੀ ਜਾਨ ਪੂਰੀ ਲੱਗੀ ਹੋਈ ਆ। ਫੋਰਚੂਨਰ ਖਿੱਚੀ ਜਾਂਦੀ ਆ ਸਫਾਰੀ ਨੂੰ, ਅਤੇ ਜਾਨ ਮੈਨੂੰ ਇੰਨੀ ਫੋਰਚੂਨਰ 'ਚ ਲੱਗਦੀ ਨਹੀਂ। ਅਤੇ ਬਾਈ ਫੋਰਚੂਨਰ ਥੋੜ੍ਹੀ ਜਿਹੀ ਭਾਰੀ ਆ ਸਫਾਰੀ ਨਾਲੋਂ, ਤਾਂ ਕਰਕੇ ਖਿੱਚੀ ਜਾਂਦੀ ਆ। ਉਹ ਦੇਖੋ ਸਫਾਰੀ ਦੀ ਵੀ ਪੂਰੀ ਜਾਨ ਲੱਗੀ ਹੋਈ ਆ, ਇੱਧਰੋਂ ਫੋਰਚੂਨਰ ਵੀ ਧੂੜੇ ਪੱਟ ਰਹੀ ਆ। ਆਹ ਦੇਖੋ ਬਾਈ ਪੂਰੀ ਖਿੱਚ ਲਈ ਫੋਰਚੂਨਰ ਲੈ ਗਈ ਬਾਈ। ਅਤੇ ਬਾਈ ਅਗਲਾ ਹੈਗਾ ਆਪਣਾ ਜੀਪ ਦਾ। ਅਤੇ ਬਾਈ ਜੀਪ ਦਾ ਐਵੇਂ ਸਿੱਧਾ ਹੀ ਖਿੱਚ ਕੇ ਲੈ ਗਈ। ਅਤੇ ਬਾਈ ਮੈਨੂੰ ਸਿਆਸ 'ਚ ਜਮਾਂ ਹੀ ਜਾਨ ਨਹੀਂ ਲੱਗਦੀ। ਅਤੇ ਬਾਈ ਅਗਲਾ ਹੈਗਾ ਆਪਣਾ ਸਕੋਰਪੀਓ ਅਤੇ ਬਰੈਜ਼ਾ ਦਾ। ਅਤੇ ਬਾਈ ਬਰੈਜ਼ਾ ਅਤੇ ਸਕੋਰਪੀਓ ਦਾ ਪੂਰੀ ਅੱਡ ਰਹੀਆਂ ਇੱਕ ਦੂਜੇ ਨਾਲ। ਮੈਨੂੰ ਇਹਦੀ ਬਰੈਜ਼ਾ 'ਚ ਇੰਜਨ ਥੋੜ੍ਹਾ ਬੜਾ ਲੱਗਦਾ, ਕਿਉਂਕਿ ਬਾਈ ਸਕੋਰਪੀਓ ਜਿਹੀ ਜਿਹੀ ਗੱਡੀ ਨੂੰ ਵੀ ਖਿੱਚ ਰਹੀ ਆ ਇਹ। ਦੇਖੋ ਬਾਈ ਸਕੋਰਪੀਓ 'ਤੇ ਪੂਰੀ ਜਾਨ ਲੱਗੀ ਪਈ ਆ, ਅਤੇ ਬਰੈਜ਼ਾ ਵੀ ਪੂਰੀ ਜਾਨ ਲਾ ਰਹੀ ਆ ਉੱਧਰੋਂ। ਅਤੇ ਬਾਈ ਸਕੋਰਪੀਓ ਦੀ ਥੋੜ੍ਹੀ ਜਿਹੀ ਰੇਸ ਵਧਾਉਣੀ ਪੈਣੀ ਮੈਨੂੰ, ਐਵੇਂ ਤਾਂ ਕੱਲ੍ਹ ਬਣਨੀ ਨਹੀਂ ਹੈਗੀ। ਅਤੇ ਉਹ ਦੇਖੋ ਪਹਿਲਾਂ ਬਰੈਜ਼ਾ ਥੋੜ੍ਹਾ ਜਿਹਾ ਖਿੱਚ ਕੇ ਲੈ ਗਈ ਸੀ, ਅਤੇ ਹੁਣ ਫੋਰਚੂਨਰ ਟੱਪ ਗਈ ਲਾਈਨ, ਅਤੇ ਬਰੈਜ਼ਾ ਵੀ ਖਿੱਚੀ ਆ ਰਹੀ ਆ ਬਾਈ ਇੱਧਰ ਨੂੰ। ਬਾਈ ਬਸ ਲੱਗ ਗਏ ਨੇੜੇ ਲੱਗ ਗਏ, ਅਤੇ ਬਰੈਜ਼ਾ ਵੀ ਬਸ ਆਪਣੀ ਹੋਣ ਵਾਲੀ ਆ ਹੁਣ। ਅਤੇ ਬਾਈ ਬਸ ਖਿੱਚ ਲਈ ਗੱਡੀ, ਖਿੱਚ ਲਈ ਅਤੇ ਬਾਈ ਲੈ ਗਈ। ਅਤੇ ਹੁਣ ਬਾਈ ਅਗਲਾ ਹੈਗਾ ਬੁਲਟ ਅਤੇ ਡਿਊਕ ਦਾ। ਅਤੇ ਬਾਈ ਡਿਊਕ ਵਰਗੇ ਮੋਟਰਸਾਈਕਲ ਕਿੱਥੇ ਬੁਲਟ ਦੇ ਮੂਹਰੇ ਅੜਦੇ ਆ। ਅਤੇ ਬਾਈ ਹੁਣ ਹੈਗਾ ਆਪਣਾ ਹੋਲੈਂਡ ਅਤੇ ਮੇਸੀ ਦਾ। ਅਤੇ ਬਾਈ ਹੋਲੈਂਡ ਪੂਰੀ ਜਾਨ ਲਾ ਰਿਹਾ ਉੱਧਰੋਂ, ਮੇਸੀ ਵੀ ਨਹੀਂ ਦੱਬਦਾ। ਅਤੇ ਬਾਈ ਦੋਨਾਂ ਦੇ ਬੜੇ ਬੜੇ ਟਾਇਰ ਪਵਾਏ ਹੋਏ ਆ, ਅਤੇ ਦੋਹੇ ਇੱਕ ਦੂਜੇ ਨਾਲ ਪੂਰਾ ਅੜ ਰਹੇ ਆ, ਖਿੱਚ ਰਹੇ ਆ ਇੱਕ ਦੂਜੇ ਨੂੰ। ਅਤੇ ਬਾਈ ਮੇਸੀ ਦੇ ਟਾਇਰ ਭਾਵੇਂ ਬੜੇ ਆ, ਪਰ ਹੋਲੈਂਡ ਨੂੰ ਨਹੀਂ ਖਿੱਚ ਸਕਦਾ ਮੇਸੀ। ਅਤੇ ਬਾਈ ਇੱਧਰੋਂ ਪੂਰੀ ਜਾਨ ਲਾ ਰੱਖੀ ਆ, ਮਾਈਕਲ ਨੇ ਪੂਰੀ ਰੇਸ ਦਿੱਤੀ ਕਹਿੰਦੇ। ਅਤੇ ਬਾਈ ਲੈ ਗਿਆ ਹੋਲੈਂਡ, ਲੈ ਗਿਆ ਬਸ ਲੈ ਗਿਆ ਹੁਣ ਤਾਂ। ਅਤੇ ਬਾਈ ਅਗਲਾ ਕਰਾਉਂਦੇ ਹਾਂ ਆਪਾਂ 9-11 ਅਤੇ ਫੋਰਟ ਦਾ। ਅਤੇ ਬਾਈ ਫੋਰਟ ਥੋੜ੍ਹਾ ਜਿਹਾ ਅੱਗੇ ਨੂੰ ਲੈ ਗਿਆ ਸੀ 9-11 ਨੂੰ ਖਿੱਚ ਕੇ। ਉਹ ਦੇਖੋ ਬਾਈ ਫੋਰਟ ਇਹਨੇ ਪੂਰਾ ਮੋਡੀਫਾਈ ਕਰਾਇਆ ਹੋਇਆ, ਪਰ ਬਾਈ 9-11 ਵੀ ਨਹੀਂ ਦੱਬਦਾ। ਸਿੱਧੂ ਵਾਲਾ 9-11 ਬਾਈ ਐਵੇਂ ਵੀ ਨਹੀਂ ਦੱਬਦਾ ਹੈਗਾ ਇਹ। ਉਹ ਖਿੱਚ ਰਿਹਾ ਹੁਣ 9-11 ਪੂਰੀ ਜਾਨ ਲਾ ਕੇ ਫੋਰਟ ਨੂੰ, ਦੇਖਦੇ ਹਾਂ ਕੀ ਬਣਦਾ। ਅਤੇ ਖਿੱਚ ਲਿਆ ਫੋਰਟ ਖਿੱਚ ਲਿਆ ਬਾਈ। ਲਾਈਨ ਕੋਲ ਆ ਗਿਆ ਆਪਾਂ, ਲਾਈਨ ਟੱਪ ਗਿਆ ਹੁਣ। ਬਾਈ ਖਿੱਚ ਰਿਹਾ ਪੂਰਾ 9-11 ਜਾਨ ਲਾ ਕੇ ਲਿਆ, ਮੈਨੂੰ ਨਹੀਂ ਲੱਗਦਾ ਹੁਣ ਫੋਰਟ ਲੈ ਕੇ ਜਾ ਸਕਦਾ। ਫੋਰਟ ਬਾਈ ਸ਼ੁਰੂ ਸ਼ੁਰੂ 'ਚ ਥੋੜ੍ਹਾ ਜਿਹਾ ਦਬਕਾ ਪਾ ਗਿਆ, ਅਤੇ ਬਾਅਦ 'ਚੋਂ ਤਾਂ ਕੁਛ ਨਹੀਂ ਹੋਇਆ। ਅਤੇ ਅੱਜ ਵੀਡੀਓ ਲਈ ਇੰਨਾ ਹੀ ਗਾਈਜ਼, ਹੋਪ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ। ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰਕੇ